ਦਿਨ ਹੈਦਰਾਬਾਦ ਵਿੱਚ ਕੇਸ ਆਏ ਸੀ, ਕੁੜੀ ਨਾਲ ਕੁੜੀ ਮਰ ਗਈ ਸੀ, ਚਾਰ ਬੰਦੇ ਪੁਲਿਸ ਨੇ ਐਨਕਾਊਂਟਰ ਕੀਤਾ, ਕੀ ਲੱਗਦਾ ਤੁਹਾਨੂੰ? ਦੇਖੋ ਜੀ, ਮੁਲਕ ਵਿੱਚ ਬਹੁਤ ਹੀ ਇੱਕ ਔਰਤਾਂ ਬਾਰੇ ਜੋ ਐਟੀਚਿਊਡ ਹੈਗਾ, ਜੋ ਕਈ ਧਰਮ ਧਰਮ ਗ੍ਰੰਥਾਂ ਵਿੱਚ ਵੀ ਉਹ ਔਰਤਾਂ ਦਾ ਜੋ ਰੁਤਬਾ ਹੈਗਾ ਉਹਦਾ ਉਹ ਸਮੇਂ ਦਾ ਖਾਣਦਾਨੀ ਹੈਗਾ ਹੈ, ਅਤੇ ਉਸ ਕਰਕੇ ਜੋ ਮਾਨਸਿਕਤਾ ਹੈਗੀ ਲੋਕਾਂ ਦੀ ਉਹ ਬਹੁਤ ਹੀ ਇੱਕ ਮੱਦ ਭਾਰੂ ਮਾਨਸਿਕਤਾ ਹੈਗੀ ਹੈ, ਅਤੇ ਔਰਤਾਂ ਨੂੰ ਮਤਲਬ ਇੱਕ ਪੈਰ ਦੀ ਜੁੱਤੀ ਜਾਂ ਉਹਨਾਂ ਨੂੰ ਵਰਤਣਯੋਗ ਜਿਹੜੀ ਵਸਤੂ ਹੈ ਉਹ ਬਣਾ ਕੇ ਰੱਖਿਆ ਜਾਂਦਾ ਅਤੇ ਸਮਝਿਆ ਜਾਂਦਾ ਹੈਗਾ, ਅਤੇ ਉਹ ਮਾਨਸਿਕਤਾ ਹੈਗੀ ਜਿਹੜੀ ਔਰਤਾਂ ਦੇ ਜਿਹੜੀ ਜਬਰ ਜ਼ੁਲਮ ਹੈਗਾ ਉਹਨਾਂ ਨਾਲ ਇੰਤਹਾ, ਜੋ ਇੱਕ ਜ਼ੁਲਮ ਹੋ ਰਿਹਾ, ਜੋ ਰੇਪ ਹੋ ਰਿਹਾ ਜਾਂ ਰੇਪ ਕਰਨ ਤੋਂ ਬਾਅਦ ਜੋ ਮਰਡਰ ਹੋ ਰਹੇ ਨੇ, ਔਰ 4 ਸਾਲ ਦੀ ਬੱਚਿਆਂ ਤੋਂ ਲੈ ਕੇ 80 ਸਾਲ ਦੇ ਬਜ਼ੁਰਗਾਂ ਤੱਕ ਉਹ ਮਤਲਬ ਵਰਤਾਰਾ ਇਹ ਘਟੀਆ ਵਰਤਾਰਾ ਵਾਪਰ ਰਿਹਾ ਹੈਗਾ, ਔਰ ਸ਼ਰਮ ਵਾਲੀ ਗੱਲ ਹੈ ਕਿ ਜਿਸ ਮੁਲਕ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਦੇਵੀਆਂ ਦੀ ਪੂਜਾ ਹੁੰਦੀ ਹੈ, ਉਸ ਮੁਲਕ ਵਿੱਚ ਇਹੋ ਜਿਹੇ ਕਰੇ ਘਿਣਾਉਣੇ ਕਾਰੇ ਹੈਗੇ ਹੈ ਔਰਤਾਂ ਦੇ ਮਾਮਲੇ 'ਚ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਹੈ, ਚਾਹੇ ਉਹ ਕਠੂਆ ਹੋਵੇ, ਚਾਹੇ ਉਹ ਹੈਦਰਾਬਾਦ ਹੋਵੇ, ਚਾਹੇ ਉਹ ਜੰਮੂ ਹੋਵੇ, ਚਾਹੇ ਉਹ ਯੂਪੀ ਦਾ ਕੋਈ ਹੋਰ ਪਿੰਡ ਹੋਵੇ, ਚਾਹੇ ਉਹ ਮਹਾਰਾਸ਼ਟਰ ਹੋਵੇ, ਚਾਹੇ ਹਿਮਾਚਲ ਹੋਵੇ, ਦੇਸ਼ ਦਾ ਕੋਈ ਕੋਨਾ ਹੈ ਜਾਂ ਨਹੀਂ ਬਚਿਆ ਹੋਇਆ ਜਿੱਥੇ ਮਤਲਬ ਔਰਤਾਂ ਨਾਲ ਇਹ ਜਿਹੇ ਦੁਸ਼ਕਰਮ ਹੈਗੇ ਉਹ ਰੋਜ਼ ਨਾ ਵਾਪਰਦੇ ਹੋਣ। ਜੋ ਕਾਨੂੰਨ ਹੈਗੇ ਸਖ਼ਤ ਤਾਂ ਬਹੁਤ ਹੈਗੇ ਹੈ, ਪਰ ਜੋ ਕਾਨੂੰਨਾਂ ਦੀ ਪਾਲਣਾ ਕਰਨੀ ਹੁੰਦੀ ਜਿਸ ਪ੍ਰਸ਼ਾਸਨ ਨੇ, ਜਿਸ ਪੁਲਿਸ ਨੇ, ਜੋ ਸੰਵੇਦਨਸ਼ੀਲਤਾ ਚਾਹੀਦੀ ਪੁਲਿਸ ਵਿੱਚ ਔਰਤਾਂ ਦੇ ਮਾਮਲਿਆਂ ਨੂੰ ਲੈ ਕੇ, ਉਸ ਸੰਵੇਦਨਸ਼ੀਲਤਾ ਦੀ ਬਹੁਤ ਘਾਟ ਵੱਡੀ ਘਾਟ ਹੈਗੀ ਹੈ, ਔਰ ਪੁਲਿਸ ਸੈਂਸਟਾਈਜ਼ ਨਹੀਂ ਹੈਗੀ ਹੈ ਔਰਤਾਂ ਦੇ ਮਾਮਲੇ 'ਚ ਜਿਹੜੀ ਤਤਪਰਤਾ ਦਿਖਾਉਣ ਜਾਂ ਉਹਨਾਂ ਦੇ ਮਾਮਲੇ 'ਚ ਸਖ਼ਤੀ ਨਾਲ ਐਕਟ ਕਰਨ ਵਿੱਚ। ਇੱਥੇ ਤੱਕ ਹੈਦਰਾਬਾਦ ਕੇਸ ਵਿੱਚ ਜੇ ਪੁਲਿਸ ਚਾਹੁੰਦੀ ਤਾਂ ਉਹ ਸਮੇਂ ਸਿਰ ਐਕਟ ਕਰਕੇ ਉਸ ਔਰਤ ਨੂੰ ਬਚਾ ਸਕਦੀ ਸੀ, ਉਹਦੀ ਬੇਪਤੀ ਨੂੰ ਵੀ ਬਚਾ ਸਕਦੀ ਸੀ ਜਾਂ ਉਹਦੀ ਮੌਤ ਨੂੰ ਤਾਂ ਘੱਟੋ ਘੱਟ ਬਚਾ ਹੀ ਸਕਦੀ ਸੀਗੀ, ਪਰ ਪੁਲਿਸ ਨੇ ਇਸ ਗੱਲ ਦੇ ਰੌਲੇ ਵਿੱਚ ਕਿ ਹਲਕਾ ਸਾਡਾ ਨਹੀਂ, ਹਲਕਾ ਤੁਹਾਡਾ ਹੈ, ਫਲਾਨਾ ਫਲਾਨਾ, ਉਹ ਜਿਹੜਾ ਕਿ ਹੁਣ ਜੱਗ ਜ਼ਾਹਰ ਵੀ ਹੋ ਗਿਆ ਕਿ ਕਿਵੇਂ ਪੁਲਿਸ ਨੇ ਦੇਰੀ ਕੀਤੀ ਹੈਗੀ ਹੈ, ਔਰ ਜਿਸ ਕਰਕੇ ਇੱਕ ਯੰਗ ਡਾਕਟਰ ਨੂੰ, ਵੈਟਰਨਰੀ ਡਾਕਟਰ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਔਰ ਆਪਣੀ ਅਸਮਤਾ ਵੀ ਲੁਟਾਉਣੀ ਪਈ, ਆਪਣੀ ਇੱਜ਼ਤ ਵੀ ਲੁਟਾਉਣ 'ਤੇ ਮਜਬੂਰ ਹੋਣਾ ਪਿਆ ਹੈਗਾ। ਜਿਹੜੇ 4 ਬੰਦੇ ਸੀ ਉਹਨਾਂ ਦਾ ਕਾਉਂਟਰ ਕੀਤਾ ਗਿਆ ਪੁਲਿਸ ਵੱਲੋਂ, ਕਿੰਨਾ ਸਹੀ ਹੈ, ਪੁਲਿਸ ਆਪਣਾ ਕਰੀਏ ਵਧੀਆ ਕੰਮ ਕੀਤਾ। ਦੇਖੋ ਇਹ ਬਦਕਿਸਮਤੀ ਹੈ ਕਿ ਇਸ ਮੁਲਕ ਜੋ ਕਾਨੂੰਨ ਦਾ ਰਾਜ ਹੈ ਨਾ ਤਾਂ ਉਹ ਰੇਪਿਸਟ ਵਾਸਤੇ ਹੈਗਾ ਹੈ, ਅਤੇ ਨਾ ਹੀ ਉਹ ਜਿਹੜੇ ਰੇਪ ਕਰਨ ਵਾਲੇ ਲੋਕ ਨੇ ਉਹਨਾਂ ਨਾਲ ਵੀ ਜੋ ਇਹ ਪੁਲਿਸ ਨੇ ਐਨਕਾਊਂਟਰ ਕੀਤਾ ਹੈਗਾ, ਇਹ ਕੋਈ ਅਚਨਚੇਤੀ ਵਾਪਰੀ ਘਟਨਾ ਨਹੀਂ ਹੈਗੀ ਹੈ, ਇੱਕ ਇੰਜੀਨੀਅਰ ਇੱਕ ਨਿਯੋਜਿਤ ਢੰਗ ਨਾਲ ਉਹਨਾਂ ਦਾ ਮਰਡਰ ਕੀਤਾ ਗਿਆ ਤਾਂ ਕਿ ਜਿਹੜਾ ਪਬਲਿਕ ਓਪੀਨੀਅਨ ਹੈਗਾ ਉਹਨੂੰ ਠੰਡਾ ਪਾਇਆ ਜਾ ਸਕੇ ਔਰ ਮੁਲਕ ਦੀ ਜੋ ਸੋਚਣੀ ਹੈਗੀ ਹੈ ਉਹ ਇਸ ਪਾਸੇ ਤੋਰੀ ਜਾ ਸਕੇ। ਮੈਂ ਸਮਝਦਾ ਬੜਾ ਖਤਰਨਾਕ ਰੁਝਾਨ ਹੈਗਾ ਹੈ, ਮੈਂ ਇਹਦੇ ਬਿਲਕੁਲ ਹਮਾਇਤੀ ਨਹੀਂ ਹੈਗਾ, ਉਹਨਾਂ ਨੂੰ ਕਸੂ ਉਹਨਾਂ ਨੂੰ ਕਾਨੂੰਨ ਮੁਤਾਬਕ ਫਾਸਟ ਟਰੈਕ ਕੋਰਟਾਂ ਰਾਹੀਂ ਫੌਰੀ ਸਜ਼ਾ ਮਿਲਣੀ ਚਾਹੀਦੀ ਸੀਗੀ, ਚਾਹੇ ਫਾਂਸੀ ਵੀ ਕਿਉਂ ਨਾ ਲੱਗ ਜਾਂਦੀ ਜੋ ਕਾਨੂੰਨ ਕਹਿੰਦਾ ਹੈਗਾ ਹੈ, ਪਰ ਇਸ ਤਰ੍ਹਾਂ ਪੁਲਿਸ ਨੂੰ ਅਖਤਿਆਰ ਦੇਣੇ ਜਾਂ ਪੁਲਿਸ ਇਸ ਤਰ੍ਹਾਂ ਦੀ ਓਪਰੇਟ ਕਰੂਗੀ ਤਾਂ ਇਹ ਹਰ ਇੱਕ ਸ਼ਹਿਰੀ ਵਾਸਤੇ, ਹਰ ਇੱਕ ਉਸ ਵਿਅਕਤੀ ਵਾਸਤੇ ਜਿਹੜਾ ਇਸ ਸਮਾਜ ਤੋਂ ਵਿਰੋਧ ਕਰਦਾ, ਇਹਦਾ ਵਿਦਰੋਹ ਕਰਦਾ ਹੈ ਜਾਂ ਉਹਦਾ ਸਰਕਾਰ ਨਾਲ ਸਹਿਮਤ ਹੈ ਨਹੀਂ ਜਾਂ ਹੋਰ ਅਲੱਗ ਅਲੱਗ ਤਰੀਕਿਆਂ ਨਾਲ ਉਹ ਮਤਲਬ ਆਪਣੇ ਵਿਚਾਰ ਰੱਖਦਾ ਹੈਗਾ, ਉਹਨਾਂ ਨੂੰ ਉਹਨਾਂ ਉੱਤੇ ਜਬਰ ਜ਼ੁਲਮ ਕਰਨ ਇੱਥੇ ਤੱਕ ਐਨਕਾਊਂਟਰ ਬਣਾਉਣ ਵਾਸਤੇ, ਜਿਵੇਂ ਪਹਿਲਾਂ ਨਕਸਲੀਆਂ ਦੇ ਜਾਂ ਪੰਜਾਬ 'ਚ ਸਿੱਖ ਨੌਜਵਾਨ ਦੇ ਕਤਲ ਹੁੰਦੇ ਰਹੇ ਨੇ, ਇਹ ਜਿਹੜਾ ਰਸਤਾ ਖੋਲ੍ਹਣਾ ਪੁਲਿਸ ਵਾਸਤੇ ਅਪਰਾਧੀਆਂ ਵਾਸਤੇ ਵੀ, ਮੈਂ ਸਮਝਦਾ ਉਹਨਾਂ ਨੂੰ ਵੀ ਕਾਨੂੰਨ ਮੁਤਾਬਕ ਹੀ ਡੀਲ ਕਰਨਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦਿਨ ਦਿਹਾੜੇ ਪੁਲਿਸ ਵੱਲੋਂ ਗੋਲੀ ਮਾਰ ਕੇ ਮਾਰ ਦੇਣਾ। ਇਹ ਸਿਰਫ ਜਿਹੜੀ ਲੋਕ ਮਾਨਸਿਕਤਾ ਹੈਗੀ ਹੈ ਉਹਨੂੰ ਪੱਠੇ ਪਾਉਣ ਵਾਲੀ ਗੱਲ ਹੈਗੀ ਹੈ, ਜਦਕਿ ਹਕੀਕਤ ਇਹ ਹੈਗੀ ਹੈ ਕਿ ਇਹਦੇ ਨਾਲ ਵੀ ਕੋਈ ਜਿਹੜਾ ਲੋਕਾਂ ਦੇ ਜਿਹੜਾ ਜਿਹੜਾ ਲੋਕ ਮਾਨਸਿਕਤਾ ਦਾ ਖੁਸ਼ ਕਰ ਲੈਣਗੇ ਇਹ, ਪਰ ਜੇ ਕਹੋਗੇ ਇਹਨਾਂ ਘਟਨਾਵਾਂ ਨੂੰ ਠੱਲ ਪੈ ਜਾਊਗੀ, ਜਦ ਤੱਕ ਜਨਤਾ ਆਪਣਾ ਐਟੀਚਿਊਡ ਆਪਣਾ ਜਿਹੜਾ ਵਿਹਾਰ ਹੈ ਔਰਤਾਂ ਬਾਰੇ ਠੀਕ ਨਹੀਂ ਕਰਦੀ, ਉਦ ਤੱਕ ਅਜਿਹੀਆਂ ਸਜ਼ਾਵਾਂ ਇੱਕ ਮਤਲਬ ਇਹ ਜਿਹੜੀਆਂ ਰੋਕਣ ਵਾਸਤੇ ਕਾਮਯਾਬ ਨਹੀਂ ਹੋਣਗੀਆਂ। ਔਰ ਜਿੱਥੇ ਤੱਕ ਪੁਲਿਸ ਦੇ ਕਾਰਵਾਈ ਤੱਕ ਹੈ, ਨਿੰਦਣਯੋਗ ਹੈਗੀ ਹੈ, ਇਹ ਇੱਕ ਸੁਨਿਯੋਜਿਤ ਢੰਗ ਨਾਲ ਕੀਤਾ ਹੋਇਆ ਇੱਕ ਮਰਡਰ ਹੈਗਾ ਉਹਨਾਂ ਲੋਕਾਂ ਉਹਨਾਂ 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 ਵਿਅਕਤੀਆਂ ਦਾ, ਔਰ ਇਸਦੀ ਕਿਤੇ ਇਸਦੀ ਹਮਾਇਤ ਨਹੀਂ ਕੀਤੀ ਜਾ ਸਕਦੀ। ਫ੍ਰੀ ਸੇਵਾ ਫ੍ਰੀ ਸਮਾਧਾਨ, ਫੀਸ ਕਮ ਹੋਣ ਤੋਂ ਬਾਅਦ ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਤਾਂਤਰਿਕ ਆਰ ਕੇ ਸ਼ਾਸਤਰੀ ਜੀ, ਮੇਰਾ ਕੀਤਾ ਹੋਇਆ ਚੱਲੇਗਾ 7 ਸਮੁੰਦਰ ਪਾਰ, ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲ੍ਹੇ ਨਾ, ਹਰ ਕੰਮ ਹੁੰਦਾ ਹੈ ਕਰਨ ਵਾਲਾ ਹੋਣਾ ਚਾਹੀਦਾ ਹੈ, ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ, ਸਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲੋਟਰੀ ਨੰਬਰ, PR ਪ੍ਰੋਬਲਮ, ਵਿਦੇਸ਼ ਵਿੱਚ ਪੱਕੇ ਹੋਣਾ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਜਾਇਦਾਦ ਵਿੱਚ ਝਗੜਾ, ਮਨਚਾਇਆ ਪਿਆਰ, ਬੱਚਿਆਂ ਦੇ ਕਹਿਣੇ ਤੋਂ ਬਾਅਦ ਘਰ ਵਿੱਚ ਕਲੇਸ਼, ਕਿੱਤਾ ਕਰਾਇਆ, ਕਿਸੇ ਨੂੰ ਸ਼ਰਾਬ ਦੀ ਲੱਤ ਤੋਂ ਬਾਹਰ ਕੱਢਣਾ, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵੱਸ ਵਿੱਚ ਹੈ, ਉਸਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ
ਤਾਂਤਰਿਕ ਆਰ ਕੇ ਸ਼ਾਸਤਰੀ ਜੀ ਦੇ ਨਾਲ। ਸਾਡੀਆਂ ਸੇਵਾਵਾਂ ਤੁਹਾਡੇ ਲਈ 24 ਘੰਟੇ ਖੁੱਲ੍ਹੀਆਂ ਨੇ। ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ। ਮੋਬਾਈਲ ਨੰਬਰ 98 766 056 39।